ਵਿਵਾਦੀ ਇਲੈਕਸ਼ਨ ਨੂੰ ਲੈ ਕੇ ਚੋਣਾਂ ਸਿਰ ਤੇ ਨੇ ਤਾਂ ਬਗਾਵਤ ਦਾ ਦੌਰ ਕਾਂਗਰਸ ਜਾਰੀ ਹੈ। ਕਈ ਲੀਡਰ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਜਾ ਰਹੇ ਨੇ ਤਾਂ ਡਿੰਪਾ ਦੇ ਭਰਾ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਤੇ ਸੁਖਬੀਰ ਬਾਦਲ ਨੇ ਵੈਲਕਮ ਕੀਤਾ। ਸੋ ਡਿੰਪਾ ਦੇ ਭਰਾ ਐਮ ਪੀ ਡਿੰਪਾ ਜਸਵੀਰ ਸਿੰਘ ਡਿੰਪਾ ਜਿਨ੍ਹਾਂ ਦੇ ਭਰਾ ਨੇ ਕਾਂਗਰਸ ਛੱਡੀ ਹੈ ਅਤੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਮੈਂ ਮਾਰ ਰਹੀ ਹੈ। ਪਰਮ ਵੀ ਰੌਲਖ ਇਸ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ। ਪਰਮ, ਕਿਸ ਤਰ੍ਹਾਂ ਦਾ ਜਿਹੜਾ ਸੈਟਬੈਕ ਕਾਂਗਰਸ ਨੂੰ ਮੰਨਿਆ ਜਾ ਰਿਹਾ ਹੈ? ਪੂਰੀ ਤਰ੍ਹਾਂ ਜਿਹੜਾ ਹੈ ਮਗਿਆ ਹੋਇਆ ਹੈ ਕਿਤੇ ਨਾ ਕਿਤੇ। ਅੰਮ੍ਰਿਤਸਰ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਇੱਕ ਪਾਸੇ ਨਵਜੋਤ ਸਿੱਧੂ ਨੇ, ਦੂਜੇ ਪਾਸੇ ਬਿਕਰਮ ਮਜੀਠੀਆ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪੂਰਾ ਜ਼ੋਰ ਕਿਤੇ ਨਾ ਕਿਤੇ ਮੱਝ ਦੇ ਵਿੱਚ ਲਾ ਰਿਹਾ। ਇਸੇ ਨੂੰ ਲੈ ਕੇ ਜੇਕਰ ਅਸੀਂ ਗੱਲ ਕਰੀਏ ਤਾਂ ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਦੇ ਭਰਾ ਉਹਨਾਂ ਦੇ ਰਾਈਟ ਹੈਂਡ ਮੰਨੇ ਜਾਂਦੇ, ਭਰਾ ਤਾਂ ਹੈਗੇ ਹੀ ਨੇ, ਰਾਈਟ ਹੈਂਡ ਅਸੀਂ ਤਾਂ ਕਰਕੇ ਕਹਿ ਰਹੇ ਹਾਂ ਕਿਉਂਕਿ ਉਹਨਾਂ ਦੇ ਸਾਰੇ ਕੰਮ ਜਿਹੜੇ ਸੀਗੇ ਰਾਜਨ ਗਿੱਲ ਦੇਖਦੇ ਸੀਗੇ ਡਿੰਪਾ ਹੋਰਾਂ ਦੇ। ਸੋ ਅੱਜ ਉਹ ਆਪਣੇ ਕਈ ਚੇਅਰਮੈਨ, ਕਈ ਉਹਨਾਂ ਦੇ ਪੰਚ ਸਰਪੰਚਾਂ ਦੇ ਨਾਲ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ। ਇੱਕ ਵੱਡਾ ਕਹਿ ਸਕਦੇ ਹਾਂ ਕੈਡਰ ਜਿਹੜਾ ਆਪਣਾ ਲੈ ਕੇ ਹਾਜ਼ਰ ਹੋਏ ਨੇ। ਤਕਰੀਬਨ 100 ਤੋਂ ਵੱਧ ਜਿਹੜੇ ਲੋਕ ਸੀਗੇ ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਸ਼ਾਮਲ ਹੋਏ ਨੇ ਰਾਜਨ ਗਿੱਲ ਦੀ। ਹਾਲਾਂਕਿ ਉਹਨਾਂ ਨੇ ਇੱਥੇ ਤਿੱਖੇ ਨਿਸ਼ਾਨੇ ਸਾਧੇ, ਉਹਨਾਂ ਤੋਂ ਮੇਰੇ ਵੱਲੋਂ ਵੀ ਪੁੱਛਿਆ ਗਿਆ ਉਹਨਾਂ ਕੋਲੋਂ ਕਿ ਆਖਰ ਵਜ੍ਹਾ ਕੀ ਰਹੀ। ਉਹਨਾਂ ਨੇ ਕਿਹਾ ਕਿ ਮਾਫੀਆ ਰਾਹ ਚੱਲ ਰਿਹਾ ਹੈ, ਵਿੱਚ ਟਿਕਟਾਂ ਦਾ ਜਿਹੜਾ ਵੇਚੀਆਂ ਜਾ ਰਹੀਆਂ ਨੇ ਕਾਂਗਰਸ ਦੇ ਵਿੱਚ। ਉਹਨਾਂ ਨੂੰ ਮੇਰੇ ਵੱਲੋਂ ਇਹ ਵੀ ਸਵਾਲ ਪੁੱਛਿਆ ਗਿਆ ਕਿ ਕੀ ਤੁਹਾਨੂੰ ਟਿਕਟ ਨਹੀਂ ਮਿਲੀ ਤਾਂ ਕਰਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਆਏ ਹੋ? ਉਹਨਾਂ ਦਾ ਇਹੀ ਜਵਾਬ ਸੀਗਾ ਕਿ ਹੁਣ ਕਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਟਿਕਟ ਦੇ ਦੇਣੀ ਹੈ। ਸੋ ਕਿਤੇ ਨਾ ਕਿਤੇ ਸਟ੍ਰੇਟ ਫਾਰਵਰਡ ਉਹਨਾਂ ਦੀਆਂ ਗੱਲਾਂ ਸੀਗੀਆਂ। ਨਵਜੋਤ ਸਿੱਧੂ ਤੇ ਉਹਨਾਂ ਨੇ ਨਿਸ਼ਾਨੇ ਸਾਧੇ ਨੇ, ਹਰੀਸ਼ ਚੌਧਰੀ ਤੇ ਨਿਸ਼ਾਨੇ ਸਾਧੇ ਨੇ। ਕਿਤੇ ਨਾ ਕਿਤੇ ਜੇਕਰ ਅਸੀਂ ਗੱਲ ਕਰੀਏ ਕ੍ਰਿਸ਼ਨ, ਤਾਂ ਬਿਕਰਮ ਮਜੀਠੀਆ ਦੇ ਪਿੱਛੇ ਪੂਰੀ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਸਿਰ ਧੜ ਦੀ ਬਾਜ਼ੀ ਲਾਉਣ ਨੂੰ ਤਿਆਰ ਹੋ ਚੁੱਕਿਆ ਹੈ ਜੀ। ਬਹੁਤ ਸ਼ੁਕਰੀਆ ਪਰਮ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ।